ਕਿ ਆ ਚਾਲੇ ਟੋਡਾ ਮਿਹਮਾਨ ਰਿਹਾ ਦਾ ਮਤਲਬ ਸੋ ਇੱਕ ਨੇ ਸੋਹਣਾ ਪੰਜਾਬ ਟੀਵੀ ਟੋਡਾ ਵਾਸਤੇ ਅੱਛੇ ਦਿਨ ਮੋਹ ਤੋਹਫੇ ਲੈ ਕੇ ਆਉਂਦਾ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ, ਬੈਲ ਆਈਕਨ ਨੂੰ ਬਟਨ ਪਾਓ। ਸਾਡੇ ਸੱਜੇ ਪਾਸੇ ਦੋ ਮੰਜਾਂ ਖੜੀਆਂ ਨੇ, ਸੰਨੀਆਂ ਕਰਾਓ ਕੈਮਰਾਮੈਨ ਸਾਹਿਬ ਸ਼ਾਹਕਾਲੀ ਮਾਝੇ ਸੱਭੇ ਜਿਹਦਾ ਵਾਨਾ ਹੈ, ਬੜੀ ਖੂਬਸੂਰਤ ਮਾਝੇ, ਇੱਕ ਗੱਡੀ ਮਾਝੇ ਸੱਭੇ ਜਿਹਦਾ ਵਾਨਾ ਲਾਈ ਕਰੀ ਮਾਸ਼ਾਅੱਲਾ, ਮੁੱਠ ਮੁੱਠ ਖਾਣੇ ਅਤੇ ਸੰਨੀਆਂ ਕਰਾ ਦੇਣੀ। ਕਿਸੇ ਕਿਸਮ ਦਾ ਸ਼ੱਕ ਨਾ ਰਹੇ, ਮੱਝ ਬੜੀ ਖੂਬਸੂਰਤ ਹੈ, ਬੜੀ ਬਰੀਕ ਹੈ ਮਾਸ਼ਾਅੱਲਾ, ਖੁੱਡਾ ਚੰਗਾ, ਪੁੱਠਾ ਚੰਗਾ ਮੱਝ ਦਾ, ਲੈਣਾ ਦੇਣਾ ਕਰਨਾ ਰਹਾ, ਮੁੱਠ ਮੁੱਠ ਖਾਣ ਲੱਗਿਆ, ਥੱਬੇ ਜਿੱਡਾ ਵਾਨਾ ਹੈ, ਖਾਣ ਬੜਾ ਪਿਆਰਾ ਮਾਸ਼ਾਅੱਲਾ ਮੱਝ ਦਾ। ਮਾਸ਼ਾਅੱਲਾ ਮੁੱਠ ਮੁੱਠ ਵਿਰਲਾਂ ਨੇ ਮਾਸ਼ਾਅੱਲਾ ਖਾਣ ਲੱਗਿਆ, ਵਿਰਲਾਂ ਗਿੱਟ ਗਿਰਦੀਆਂ ਵਿਰਲਾਂ ਨੇ ਸਾਰੇ ਪੁੱਛ ਲਾਂਗੇ, ਤਸਲੀਆਂ ਕਰਾ ਦੇਣਗੀਆਂ। ਮਾਸ਼ਾਅੱਲਾ ਮੁੱਠ ਮੁੱਠ ਖਾਣ ਲੱਗਿਆ, ਵਿਰਲਾਂ ਬੜੀਆਂ ਮਾਝੀਆਂ ਮਾਸ਼ਾਅੱਲਾ, ਬਿਲਕੁਲ ਬਰੀਕ ਮਾਝੇ, ਪਹਿਲਾਂ ਜਾਂ ਦੂਜਿਆਂ ਜਾਂ ਤੀਸਰੇ ਸਮੇਂ ਪੁੱਛਣਾ ਭਾਅ ਤੋਂ ਜ਼ਿੰਮੇਦਾਰ ਹੈ। ਠੀਕ ਹੋ ਗਿਆ। ਦੂਸਰੇ ਸੂਏ ਜੀ 18 ਤੋਂ 19 ਕਿਲੋ ਦੁੱਧ ਦਿੰਦੀ ਰਹੀ ਹੈ। ਦਿੰਦੀ ਐ ਕਿੰਨਾ ਦੇਗੀ? ਐਰ ਕਿ ਇਨਸ਼ਾਅੱਲਾ ਜੀ ਕਿਸੇ ਸੇਵਾ ਕੀਤੀ 20 ਕਿਲੋ 22 ਕਿਲੋ ਦੁੱਧ ਦੇਵੇਗੀ। ਦੇਵੇਗੀ ਦੇਵੇਗੀ ਇਨਸ਼ਾਅੱਲਾ ਜੀ। ਜੇ ਆਪਣਾ ਵੀਰ ਭਰਾ ਕਹੇ ਮੈਂ ਚੋਕ ਸੂਈ ਲੈ ਜਾਵਾਂ, ਸੂਈ ਲੈ ਕਰਾ ਦੇਵੇ 1 ਲੱਖ ਰੁਪਈਆ? ਹਾਂ ਕਰਾ ਲਵੇ। 18 ਲੀਟਰ ਚਵਾਓਗੇ? ਦੋ ਚੌਂ ਦਿਨਾਂ 'ਚ ਤਾਂ ਨਹੀਂ ਚਵੀਂਦਾ ਜੀ। ਹਾਂਜੀ ਕਿੰਨੇ ਦਿਨਾਂ ਬਾਅਦ? 10 ਦਿਨਾਂ ਤੋਂ ਬਾਅਦ। 10 ਦਿਨਾਂ ਬਾਅਦ? ਹਾਂਜੀ ਠੀਕ ਹੋ ਗਿਆ। ਨਹੀਂ ਮੱਝ ਕਿੰਨਾ ਦੁੱਧ ਦੇਗੀ ਤਕਰੀਬਨ? ਹੁਣ 20-22 ਕਿਲੋ ਦੇਗੀ ਇਸ ਵੇ। ਇਸ ਵੇ? ਹਾਂਜੀ ਇੱਕ ਮਹੀਨਾ ਹੋਇਆ ਇਹਨੂੰ ਛੱਡੀ ਨੇ ਜੀ। ਇੱਕ ਮਹੀਨਾ ਹੋਇਆ ਛੱਡੀ ਜੀ? ਚੌਂਦ ਰਹਿ ਝੋਟੀ ਐ ਬਿਲਕੁਲ ਐਵੇਂ ਖਾਸ ਮੀਲੀ ਦੀ ਝੋਟੀ। ਠੀਕ ਹੋ ਗਿਆ। ਹਾਂਜੀ ਤੇ ਥਣ ਬਿਲਕੁਲ ਸਾਫ ਨੇ? ਸਾਫ ਹੈ ਜੀ, ਐਂ ਕਿੰਨੀ ਰਾਤ ਚਿੱਪ ਕੇ ਲੈ ਜਾਂ ਇਹਦੀ ਗਰੰਟੀ ਹੋਏ ਜੀ। ਠੀਕ ਹੋ ਗਿਆ। ਤੇ ਮੈਂ ਜਿਹੜੀ ਨਸਲੀ ਹੈ ਮਾਝੇ? ਨਸਲੀ ਜੀ, ਖਾਸ ਨਸਲੀ ਜੀ। ਅੱਛਾ ਨੀਲੀ ਝੋਟੀ ਦੇਖੀ ਨੀ? ਬੁੱਲੀ ਕੋੜੀ ਤਾਂ ਸਾਫ ਹੈ, ਸਾਫ ਬੰਦੇ ਵੀ ਧੁੰਨੀ ਪੌੜੀ ਨਹੀਂ ਚਾਹੀਦੀ ਮਾਸ਼ਾਅੱਲਾ। ਠੀਕ ਹੋ ਗਿਆ। ਤੇ ਇਹ ਅੱਜ ਸਾਹਿਬ ਜਿਹੜਾ ਮੈਂ ਪੱਕਾ ਪਿਆਰ ਮੁਹੱਬਤ ਮੁੱਲ ਕਿੰਨਾ ਜੀ ਥੱਪ ਵੇਚ ਲਈ? ਇਹਦਾ ਜੀ 2.65 ਜੀ ਮੁੱਲ, 2,65,000 ਦਾ। ਤੇ ਬਟਨ ਲੱਗੇ ਹੋਏ ਕੈਮਰਾਮੈਨ ਸਾਹਿਬ ਜੀ ਵਿਖਾ ਦੇ ਮਾਸ਼ਾਅੱਲਾ, ਨੀਲੀ ਪਿਓ ਨੀਲੀ ਜੀ ਬਿਲਕੁਲ ਬਰੀਕ ਮਾਝੇ, ਲੈਣਾ ਦੇਣਾ ਮੁਕੱਦਰਾਂ ਦਾ, ਤਸੱਲੀਆਂ ਕਰਾ ਦਿਓ, ਥੱਬਿਆਂ ਦੇ ਵਾਨੇ ਨੇ ਮਾਸ਼ਾਅੱਲਾ। ਕੱਲ੍ਹ ਤੱਕ ਸੂਪ ਹੈਗੀ? ਅੱਛਾ ਕੱਲ੍ਹ ਤੱਕ ਸੂਪ ਹੈਗੀ ਇਨਸ਼ਾਅੱਲਾ। ਠੀਕ ਹੋ ਗਿਆ। ਤੇ ਥਣ ਬਿਲਕੁਲ ਸਾਫ ਸਾਫ ਹੈ ਜੀ, ਗਰੰਟੀ ਨਾਲ। ਤੇ 2,65,000 ਵਿੱਚ ਪਿਆਰ ਮੁਹੱਬਤ ਕਿੰਨਾ ਕਰੇਗਾ? ਪਿਆਰ ਮੁਹੱਬਤ ਥੋੜ੍ਹਾ ਬਹੁਤ ਹੋ ਜਾਏਗਾ ਜੀ, ਥੋੜ੍ਹਾ ਬਹੁਤ। ਹਾਂਜੀ ਥਾਂ ਇੱਥੇ ਰੱਖੇ ਜੀ ਸਾਈਜ਼? ਇੱਥੇ ਰੱਖੇ ਜੀ। ਹਾਂਜੀ ਨਸਲੀ ਮਾਝ? ਨਸਲੀ ਮਾਝ। ਠੀਕ ਹੋ ਗਿਆ। ਤੇ ਨੰਬਰ ਹੁੰਦਾ 0357-16-0211 ਵਟਸਐਪ ਨੰਬਰ, ਈਮੇਲ ਨੰਬਰ ਹੈ। ਅਤੇ ਮੇਰੇ ਨੰਬਰ 2 ਕੈਮਰਾਮੈਨ ਸਾਹਿਬ 2,65,000 ਵਿੱਚੋਂ ਪਿਆਰ ਮੁਹੱਬਤ ਚੱਲ ਫੁੱਲ ਫੁੱਲ ਹੋਵੇਗਾ, ਤੁਹਾਨੂੰ ਤੋਂ ਲੈ ਕੇ ਸਾਰਾ ਧੰਨਵਾਦ ਲੱਗਿਆ ਮਾਝ ਦਾ, ਅਤੇ ਲੈਣਾ ਦੇਣਾ ਮੁਕੱਦਰਾਂ ਦਾ, ਬੜੀ ਖੂਬਸੂਰਤ ਮਾਝ। ਅਤੇ ਪਿਆਰ ਮੁਹੱਬਤ ਬਾਬਾ ਕਿੰਨਾ ਕਰੇਗਾ ਇਹਨਾਂ ਵਿੱਚੋਂ?
ਯਾਰ ਮੈਂ ਥੋੜਾ ਬਹੁਤ ਹੋ ਜਾਏਗਾ, ਮਾਈ ਤਾਂ ਮੇਰੀ 3 ਲੱਖ ਰੁਪਏ ਦੀ ਹੈ ਜੀ। ਅੱਛਾ ਹਾਂਜੀ, ਅਸੀਂ ਪੱਕੀਆਂ ਜੀ ਗੱਲਾਂ ਲੈਣੀਆਂ, ਪਿਆਰ ਮੁਹੱਬਤ ਹੋ ਜਾਏਗਾ, ਹੋ ਜਾਏਗਾ। ਹਾਂਜੀ ਠੀਕ ਹੋ ਗਿਆ, ਭਾਈ ਸਾਹਿਬ ਕਹਿੰਦੇ ਪਿਆਰ ਮੁਹੱਬਤ ਇਨਸ਼ਾਅੱਲਾ ਫੁੱਲ ਫੁੱਲ ਹੋਵੇਗਾ, ਅਤੇ ਮੈਂ ਬੜੀ ਖੂਬਸੂਰਤ ਅਤੇ ਮੈਂ ਨੰਬਰ 2 ਖਾਓ, 5 ਕਿਲਿਆਂ ਚੋਟੀ ਪਹਿਨ ਲੈਣੇ ਜਾਂ ਦੂਜੇ ਦੇ ਬਾਬੇ ਪੁੱਛ ਲਾਂਗੇ। ਅਤੇ ਭਾਈ ਸਾਹਿਬ ਇਹ ਤਾਂ ਸੋਈ ਇੱਕ ਸੋਣ ਵਾਲੀ, ਸੋਣ ਵਾਲੀ ਇਹ 10 ਦਿਨ ਲੈਂਦੀ ਹੈ। ਅੱਛਾ 10 ਦਿਨ ਲੈਂਦੀ, ਹਾਂਜੀ ਠੀਕ ਹੋ ਗਿਆ। ਇਹਦੇ ਪਿਆਰ ਮੁਹੱਬਤ ਵਾਲੇ ਪੈਸੇ ਕਿੰਨੇ? ਦੂਸਰੇ ਸੂਹੇ ਸੋਨਾ ਜੀ 10 ਦਿਨ ਲੈਂਦੀ ਹੈ। ਦੂਜਾ ਸੂਹਾ ਸੋਨਾ? ਦੂਜਾ ਸੂਹਾ ਥਾਂ ਦੇਖ ਲਓ, ਮੁੱਠ ਮੁੱਠ ਥਾਣਾ ਜੀ। ਅੱਛਾ ਹਾਂਜੀ, 5 ਕਿਲਿਆਂ ਝੋਟੀ ਹੈ ਸਾਡੀ ਘਰ ਦੀ, ਘਰ ਦੀ। ਹਾਂਜੀ ਠੀਕ ਹੋ ਗਿਆ। ਇਹਦੇ ਪੈਸੇ ਪਿਆਰ ਮੁਹੱਬਤ ਵਾਲੇ ਕਿੰਨੇ ਕਿੰਨੇ? ਜਿਵੇਂ ਉਹ ਦੱਸਿਆ ਐਵੇਂ ਦੱਸਣਾ। ਇਹਦਾ 2.75 ਹੈ ਜੀ। 2.75? ਹਾਂਜੀ। ਅਤੇ ਵੱਖਰੇ ਕੇ ਮਾਸ਼ਾ ਲੈਣਾ ਹੋਰ? ਹਾਂਜੀ ਇਹ ਤਾਂ ਲੱਗ ਜਾਏਗੀ ਸਾਰਨ, ਸਾਰਨ ਧੁੰਨੀ ਲੈ ਕੇ 7 ਦਿਨ ਲੱਗੇ। ਥਾਣ ਵੇਖ ਲਓ, ਬਿਰਲਾਂ ਵੇਖ ਲਓ। ਠੀਕ ਹੋ ਗਿਆ। ਤਿੰਨ ਦੇ 2,75,000 ਦਾ ਪਿਆਰ ਮੁਹੱਬਤ ਕਿੰਨਾ ਕਰੇਗਾ? ਪਿਆਰ ਮੁਹੱਬਤ ਹੋ ਜਾਏਗਾ ਥੋੜ੍ਹਾ ਬਹੁਤ, ਜਿਹੜਾ ਪਿਆਰ ਨਾਲ ਮੰਗੇਗਾ ਜੀ, ਪਿਆਰ ਨਾਲ ਮੁਹੱਬਤ ਹੋ ਜਾਏਗਾ। ਠੀਕ ਹੋ ਗਿਆ। 5 ਕਿਲਿਆਂ ਨੇ? 5 ਕਿਲਿਆਂ ਜੀ, 5 ਕਿਲਿਆਂ। ਦੂਜਾ ਸੂਹਾ ਸੋਨਾ? ਹਾਂਜੀ ਠੀਕ ਹੋ ਗਿਆ। ਇਨ ਸ਼ਾਅੱਲਾ ਪਿਆਰ ਮੁਹੱਬਤ ਫੁੱਲ ਫੁੱਲ ਹੋ ਗਿਆ, ਚੁੱਕੀਆਂ ਅੱਖਾਂ ਵੀ ਮਾਸ਼ਾਅੱਲਾ। 5 ਕਿਲਿਆਂ ਚੁੱਕੀਏ ਅਤੇ ਪਿਆਰ ਮੁਹੱਬਤ ਇਨ ਸ਼ਾਅੱਲਾ ਫੁੱਲ ਫੁੱਲ ਹੋਵੇਗਾ। ਅਤੇ ਨੰਬਰ ਹੁੰਦਾ 0357-1609-0211, ਵਟਸਐਪ ਨੰਬਰ, ਈਮੇਲ ਨੰਬਰ ਹੈ। ਮਿਲਾਂਗੇ ਵੀਡੀਓ ਚੋਲਾ ਨੇ ਜਬਾਨ ਪਾਕਿਸਤਾਨ, ਜ਼ਿੰਦਾਬਾਦ।